ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਸ਼ੁਰੂ ਕਰਦੇ ਹਾਂ ਅੱਜ ਦੇ ਕਰੰਟ ਫੇਸ ਦੇ ਨਾਲ। ਅੱਜ ਆਪਣੇ ਕੋਲ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਤੇ ਵਧੀਆ ਟੌਪਿਕਸ ਨੇ, ਸੋ ਆਓ ਇੱਕ ਇੱਕ ਕਰਕੇ ਉਹਨਾਂ ਨੂੰ ਡਿਸਕਸ ਕਰੀਏ। ਸਭ ਤੋਂ ਪਹਿਲੀ ਨਿਊਜ਼ ਅੱਜ ਦੀ ਪ੍ਰੋਜੈਕਟ ਨੇਤਰਾ ਦੇ ਨਾਲ ਰਿਲੇਟਡ ਹੈ। ਸਾਇੰਸ ਐਂਡ ਟੈਕ ਦੇ ਲਿਹਾਜ਼ ਨਾਲ ਸੁਪਰ ਇੰਪੋਰਟੈਂਟ ਟੌਪਿਕ ਹੈਗਾ ਇਹ। ਇਸਰੋ ਦੁਆਰਾ ਇਹ ਪ੍ਰੋਜੈਕਟ ਇਨੀਸ਼ੀਏਟ ਕੀਤਾ ਗਿਆ, ਯਾਨੀ ਕਿ ਇਹ ਜਿਹੜਾ ਨੇਤਰਾ ਪ੍ਰੋਜੈਕਟ ਹੈ ਇਹ ਆਪਣੇ ਇਸਰੋ ਦਾ ਪ੍ਰੋਜੈਕਟ ਹੈ। ਬੇਸਿਕਲੀ ਇਹ ਇੱਕ ਅਰਲੀ ਵਾਰਨਿੰਗ ਸਿਸਟਮ ਹੈ ਜਿਹੜਾ ਕਿ ਸਪੇਸ ਦੇ ਵਿੱਚ ਜਿਹੜਾ ਡੈਬਰੀ ਹੈ, ਸਪੇਸ ਦੇ ਵਿੱਚ ਜਿਹੜਾ ਮਲਬ ਹੈ, ਉਹਨੂੰ ਡਿਟੈਕਟ ਕਰਨ ਦੇ ਲਈ ਇਹ ਪ੍ਰੋਜੈਕਟ ਲਾਂਚ ਕੀਤਾ ਜਾਊਗਾ, ਤਾਂ ਕਿ ਆਪਾਂ ਆਪਣੇ ਫਿਊਚਰ ਦੇ ਵਿੱਚ ਇਸਰੋ ਦੁਆਰਾ ਜਿਹੜੇ ਸੈਟੇਲਾਈਟਸ ਸਪੇਸ ਦੇ ਵਿੱਚ ਭੇਜੇ ਜਾਣੇ ਨੇ ਉਹਨਾਂ ਨੂੰ ਸਪੇਸ ਡੈਬਰੀ ਕਰਕੇ ਕੋਈ ਨੁਕਸਾਨ ਨਾ ਹੋਵੇ। ਇਸ ਚੀਜ਼ ਨੂੰ ਫਿਲਹਾਲ ਆਪਾਂ ਇੱਥੇ ਛੱਡਦੇ ਹਾਂ, ਇਸ ਚੀਜ਼ ਨੂੰ ਆਪਾਂ ਹੋਰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ, ਪਰ ਪਹਿਲਾਂ ਆਪਾਂ ਦੇਖਦੇ ਹਾਂ ਵੀ ਇਸ ਪ੍ਰੋਜੈਕਟ ਨੂੰ ਇਨੀਸ਼ੀਏਟ ਕਰਨ ਦੀ ਇਹੋ ਜਿਹੀ ਲੋੜ ਕੀ ਪੈਗੀ, ਰੇੜਕਾ ਪਿਆ ਕਿੱਥੋਂ। ਦੇਖੋ, ਜੇ ਤੁਹਾਨੂੰ ਯਾਦ ਹੋਊਗਾ, ਅੱਜ ਤੋਂ ਥੋੜੇ ਕੁ ਮਹੀਨੇ ਪਹਿਲਾਂ ਆਪਣੇ ਇਸਰੋ ਤੇ DRDO ਨੂੰ ਮਿਲ ਕੇ ਆਪਣੀ ਇੰਡੀਆ ਦੀ ਖੁਦ ਦੀ ਇੱਕ ਸੈਟੇਲਾਈਟ ਡਿਸਟਰੋਏ ਕੀਤੀ ਸੀ। ਮਿਸ਼ਨ ਦੱਸੋ, ਮਿਸ਼ਨ ਕਿਹੜਾ ਸੀਗਾ? ਮੈਂ ਕੁਐਸਚਨ ਪੁੱਛਾਂ ਤੁਹਾਡੇ ਤੋਂ, ਉਹ ਕਿਹੜਾ ਮਿਸ਼ਨ ਸੀਗਾ, ਮਿਸ਼ਨ ਦਾ ਨਾਮ ਕੀ ਸੀ ਜਿਹਦੇ ਵਿੱਚ ਆਪਣੇ ਇੰਡੀਆ ਨੇ ਆਪਣੀ ਹੀ ਸੈਟੇਲਾਈਟ ਡਿਸਟਰੋਏ ਕੀਤੀ ਸੀ? ਤੇ ਹੁਣ ਜਦੋਂ ਉਹ ਸੈਟੇਲਾਈਟ ਆਪਾਂ ਨੇ ਡਿਸਟਰੋਏ ਕੀਤੀ, ਉਹਦੇ ਨਾਲ ਕੀ ਹੋਇਆ? ਆਪਣਾ ਜਿਹੜਾ ਸਪੇਸ ਹੈ, ਆਊਟਰ ਸਪੇਸ ਹੈ, ਉਹਦੇ ਵਿੱਚ ਉਹ ਸੈਟੇਲਾਈਟ ਦਾ ਮਲਬਾ ਇਕੱਠਾ ਹੋ ਗਿਆ, ਉਹ ਸੈਟੇਲਾਈਟ ਟੁੱਟ ਗਿਆ, ਠੀਕ ਹੈ, ਕਾਫੀ ਬਿਖਰ ਗਿਆ, ਛੋਟੇ ਛੋਟੇ ਟੁਕੜਿਆਂ ਦੇ ਵਿੱਚ ਬਿਖਰ ਗਿਆ, ਤੇ ਉਹਦੇ ਰਿਐਕਸ਼ਨ ਦੇ ਪਿੱਛੇ ਆਪਣੇ ਇੰਡੀਆ ਦਾ US ਤੇ ਹੋਰ ਕਈ ਕੰਟਰੀਜ਼ ਵੱਲੋਂ ਵਿਰੋਧ ਕੀਤਾ ਗਿਆ ਸੀ ਵੀ ਇਹ ਇੰਡੀਆ ਨੇ ਕੋਈ ਸਹੀ ਸਟੈਪ ਨਹੀਂ ਚੁੱਕਿਆ। ਬਟ ਉਹ ਕੰਟਰੀਜ਼ ਆਪ ਖੁਦ ਇਸ ਤਰ੍ਹਾਂ ਦੇ ਕਈ ਵਾਰ ਟੈਸਟ ਕਰ ਚੁੱਕੀਆਂ ਸੀ। ਚਲੋ, ਇੰਡੀਆ ਨੇ ਕਰ ਲਿਆ, USA ਨੇ ਅਜਿਹਾ ਟੈਸਟ ਕੰਡਕਟ ਕਰਾ ਲਿਆ, ਚਾਈਨਾ ਨੇ ਕੰਡਕਟ ਕਰ ਲਿਆ, ਰਸ਼ੀਆ ਨੇ ਕਰ ਲਿਆ ਤਾਂ ਠੀਕ ਹੈ, ਬਟ ਇਹ ਕਿ ਇਹਨਾਂ ਸਾਰੀਆਂ ਕੰਟਰੀ ਦੇ ਲਈ ਵਧੀਆ ਗੱਲ ਹੈ ਕੋਈ? ਦੇਖੋ, ਆਪਾਂ ਆਪਣਾ ਜਿਹੜਾ ਆਊਟਰ ਸਪੇਸ ਹੈ ਉਹਦੇ ਵਿੱਚ ਦਿਨ ਬਾਏ ਦਿਨ ਜਿਹੜਾ ਸਪੇਸ ਡੈਬਰੀ ਹੈ, ਜਿਹਨੂੰ ਆਪਾਂ ਕੂੜਾ ਜਾਂ ਮਲਬਾ ਕਹਿੰਦੇ ਹਾਂ, ਉਹ ਵਧਾਉਂਦੇ ਜਾ ਰਹੇ ਹਾਂ, ਤੇ ਇਹ ਬਹੁਤ ਹੀ ਜ਼ਿਆਦਾ ਵੱਡੀ ਪ੍ਰੋਬਲਮ ਹੈਗੀ ਆਪਣੇ ਇੰਡੀਆ ਦੇ ਖੁਦ ਦੇ ਸੈਟੇਲਾਈਟਸ ਦੇ ਲਈ ਤੇ ਕਿਸੇ ਵੀ ਹੋਰ ਕੰਟਰੀ ਦੇ ਜਿਹੜੇ ਸੈਟੇਲਾਈਟਸ ਨੇ ਉਹਨਾਂ ਦੇ ਇੰਪੋਰਟੈਂਟ ਐਸੈਟ ਨੇਗੇ, ਆਪਣੇ ਇੰਡੀਆ ਦੇ ਖੁਦ ਦੇ ਐਸੈਟ ਨੇ, ਉਹਨਾਂ ਦੇ ਲਈ ਇਹ ਸਪੇਸ ਡੈਬਰੀ ਖਤਰਾ ਹੈ। ਇਹ ਇੰਨਾ ਕੁ ਖਤਰਨਾਕ ਹੈਗਾ, ਦੇਖੋ, ਸਪੇਸ ਦੇ ਵਿੱਚ ਕੋਈ ਵੀ ਸੈਟੇਲਾਈਟ ਹੈ, ਫਰਜ਼ ਕਰੋ ਉਹ ਡਿਸਟਰੋਏ ਹੋ ਗਈ, ਜਾਂ ਉਹ ਸੈਟੇਲਾਈਟ ਦਾ ਕੋਈ ਵੀ ਪਾਰਟ, ਛੋਟਾ ਜਿਹਾ ਪਾਰਟ ਤੁਸੀਂ ਨਟ ਬੋਲਟ ਹੀ ਲਾ ਲਓ, ਉਹ ਤੋਂ ਅਲੱਗ ਹੋ ਗਿਆ, ਤੇ ਉਹ ਆਪਣੇ ਆਰਬਿਟ ਦੇ, ਅਰਥ ਦਾ ਜਿਹੜਾ ਕੋਈ ਵੀ ਆਰਬਿਟ ਹੈ, ਲੋ ਅਰਥ ਆਰਬਿਟ ਲਾ ਲਓ ਤੁਸੀਂ, ਉਹਦੇ ਵਿੱਚ ਰੋਟੇਟ ਕਰ ਰਿਹਾ ਜੀ, ਤੇ ਆਪਾਂ ਨੂੰ ਤਾਂ ਧਰਤੀ ਦੇ ਵਿੱਚ ਐਂ ਲੱਗਦਾ ਵੀ ਉਹ ਤਾਂ ਸਟਿਲ ਖੜਾ ਹੈ ਸਪੇਸ ਦੇ ਵਿੱਚ, ਉਹ ਛੋਟਾ ਜਿਹਾ ਨਟ, ਬਟ ਉਹ ਸਪੇਸ ਦੇ ਵਿੱਚ ਇੰਨੀ ਜ਼ਿਆਦਾ ਤੇਜ਼ ਸਪੀਡ ਦੇ ਨਾਲ ਰੋਟੇਟ ਕਰ ਰਿਹਾ ਹੁੰਦਾ, ਤੁਸੀਂ ਯਕੀਨ ਨਹੀਂ ਕਰ ਸਕਦੇ, ਲਗਭਗ 1600 ਕਿਲੋਮੀਟਰ ਪਰ ਸਕਿੰਟ ਦੀ ਸਪੀਡ ਦੇ ਨਾਲ ਉਹ ਮਤਲਬ ਆਪਣੇ ਆਊਟਰ ਸਪੇਸ ਦੇ ਵਿੱਚ ਰੋਟੇਟ ਕਰ ਰਿਹਾ ਹੁੰਦਾ, ਤੇ ਉਹ ਛੋਟਾ ਜਿਹਾ ਨਟ ਵੀ ਆਪਣੀ ਸੈਟੇਲਾਈਟਸ ਤੇ ਖਾਸ ਕਰਕੇ ਆਪਣਾ ਜਿਹੜਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਹੈ ਉਹਨੂੰ ਨੁਕਸਾਨ ਪਹੁੰਚਾ ਸਕਦਾ। ਕਈ ਵਾਰ ਇਹੋ ਜਿਹੇ ਕੇਸਿਸ ਆਏ ਨੇ, ਇੱਕ ਛੋਟੇ ਜਿਹੇ ਸਪੇਸ ਡੈਬਰੀ ਨੇ ਇੰਨਾ ਜ਼ਿਆਦਾ ਨੁਕਸਾਨ ਪਹੁੰਚਾਇਆ ਹੋਇਆ, ਸੋ ਇਹ ਆਪਣੇ ਸਮੇਂ ਅੱਜ ਦੇ ਲਈ ਬਹੁਤ ਹੀ ਜ਼ਿਆਦਾ ਚਿੰਤਾ ਵਾਲੀ ਗੱਲ ਹੈ, ਤੇ ਇਹ ਚਿੰਤਾ ਨੂੰ ਦੇਖਦੇ ਹੋਏ ਇਸਰੋ ਦੁਆਰਾ ਇਹ ਪ੍ਰੋਜੈਕਟ ਨੇਤਰਾ ਇਨੀਸ਼ੀਏਟ ਕੀਤਾ ਗਿਆ। ਇਸ ਪ੍ਰੋਜੈਕਟ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ, ਤਾਂ ਬੇਸਿਕਲੀ ਇਹਦੀ ਫੁੱਲ ਫਾਰਮ ਕੀ ਹੈ? ਉਹ ਹੈਗੀ ਜੀ, ਨੈਟਵਰਕ ਫੋਰ ਸਪੇਸ ਓਬਜੈਕਟ ਟਰੈਕਿੰਗ ਐਂਡ ਐਨਾਲਿਸਿਸ। ਬਹੁਤ ਇੰਪੋਰਟੈਂਟ ਫੁੱਲ ਫਾਰਮ ਹੈ ਇਹਦੀ, ਧਿਆਨ ਚ ਰੱਖਿਓ। ਬੇਸਿਕਲੀ ਇਸ ਪ੍ਰੋਜੈਕਟ ਦੇ ਵਿੱਚ ਇਸਰੋ ਕੀ ਕਰੂਗਾ? ਇਸਰੋ ਇਸ ਪ੍ਰੋਜੈਕਟ ਦੇ ਵਿੱਚ ਟੈਲੀਸਕੋਪ, ਰਡਾਰ ਤੇ ਡਾਟਾ ਪ੍ਰੋਸੈਸਿੰਗ ਯੂਨਿਟ ਤੇ ਇੱਕ ਕੰਟਰੋਲ ਸੈਂਟਰ, ਇਹ ਸਾਰਾ ਕੁਝ ਐਸਟੈਬਲਿਸ਼ ਕਰੂਗਾ ਆਪਣੇ ਇੰਡੀਆ ਦੇ ਜਿਹੜੇ ਚਾਰੇ ਕੋਨੇ ਨੇਗੇ ਉਹਨਾਂ ਦੇ ਉੱਪਰ, ਤੇ ਜਿਹੜਾ ਇਹ ਸੈਂਟਰ ਕੰਟਰੋਲ ਸੈਂਟਰ ਹੋਊਗਾ ਇਹ ਐਸਟੈਬਲਿਸ਼ ਕੀਤਾ ਜਾਊਗਾ ਜੀ ਸਤੀਸ਼ ਧਵਨ ਸਪੇਸ ਸੈਂਟਰ, ਜੋ ਕਿ ਸ਼੍ਰੀ ਹਰੀਕੋਟਾ ਆਂਧਰਾ ਪ੍ਰਦੇਸ਼ ਦੇ ਵਿੱਚ ਹੈ। ਆਹ ਆਪਣਾ ਇੰਡੀਆ ਦਾ ਮੈਪ ਹੈ ਜੀ, ਇੰਡੀਆ ਦੇ ਚਾਰੇ ਕੋਰਨਰ ਦੇ ਉੱਪਰ ਟੈਲੀਸਕੋਪਸ ਤੇ ਰਡਾਰ ਲਗਾਏ ਜਾਣਗੇ, ਜੋ ਕਿ ਆਊਟਰ ਸਪੇਸ ਦੇ ਵਿੱਚ ਸਪੇਸ ਜਿਹੜਾ ਡੈਬਰੀ ਹੈ ਉਹਨੂੰ ਡਿਟੈਕਟ ਕਰਨਗੇ। ਜਿਵੇਂ ਕਿ ਸਭ ਤੋਂ ਪਹਿਲਾਂ ਆਪਣਾ ਜਿਹੜਾ ਲੇਹ ਹੈਗਾ, ਲੇਹ ਦੇ ਵਿਖੇ ਆਪਣੀ ਇੰਡੀਆ ਦੀ ਹੈਨਲੇ ਲੈਬਰੋ ਓਬਜ਼ਰਵੇਟਰੀ ਹੈਗੀ, ਸਪੇਸ ਓਬਜ਼ਰਵੇਟਰੀ ਹੈ, ਉੱਥੇ ਇੱਕ ਟੈਲੀਸਕੋਪ ਲਗਾਇਆ ਜਾਊਗਾ। ਉਸ ਤੋਂ ਇਲਾਵਾ ਇੱਕ ਟੈਲੀਸਕੋਪ ਤੇ ਇੱਕ ਰਡਾਰ ਆਪਣਾ ਨਾਰਥ ਈਸਟ ਕੋਈ ਵੀ ਸਟੇਟ ਲਾ ਲਓ, ਜਾਂ ਤਾਂ ਆਸਾਮ ਹੋਗੀ ਜਾਂ ਅਰੁਣਾਚਲ ਪ੍ਰਦੇਸ਼ ਹੋਗੀ, ਇੱਥੇ ਫਿੱਟ ਕਰਿਆ ਜਾਊਗਾ। ਇੱਕ ਤੀਸਰਾ ਆਪਣਾ ਜਿਹੜਾ ਕੇਰਲਾ ਦੀ ਪੌਨੀਮੁੱਡੀ, ਇੱਕ ਕੇਰਲਾ ਦੇ ਵਿੱਚ ਪੌਨੀਮੁੱਡੀ ਜਗ੍ਹਾ, ਉੱਥੇ ਲਗਾਇਆ ਜਾਊਗਾ ਟੈਲੀਸਕੋਪ। ਤੇ ਚੌਥਾ ਟੈਲੀਸਕੋਪ ਲਗਾਇਆ ਜਾਊਗਾ ਜੀ ਮਾਊਂਟ ਅਬੂ, ਜੋ ਕਿ ਰਾਜਸਥਾਨ ਦੇ ਵਿੱਚ ਆਪਣੀ ਇੰਡੀਆ ਦੀ ਇੱਕ ਓਬਜ਼ਰਵੇਟਰੀ ਹੈਗੀ ਹੈ, ਉੱਥੇ ਇੱਕ ਟੈਲੀਸਕੋਪ ਲਗਾਇਆ ਜਾਊਗਾ। ਤੇ ਇਹ ਟੈਲੀਸਕੋਪ ਸਾਰੇ ਮਿਲ ਕੇ ਕੰਮ ਕਰਨਗੇ ਤੇ ਆਊਟਰ ਸਪੇਸ ਦੇ ਵਿੱਚ ਜਿੰਨਾ ਵੀ ਸਪੇਸ ਡੈਬਰੀ ਹੈ ਉਹਨੂੰ ਡਿਟੈਕਟ ਕਰਨਗੇ। ਤੁਸੀਂ ਇਹਦੀ ਐਕੂਰੇਸੀ ਦੇਖ ਸਕਦੇ ਹੋ, 10 cm, ਇੰਨਾ ਛੋਟਾ ਓਬਜੈਕਟ ਨੂੰ ਵੀ ਇਹ ਟਰੈਕ ਕਰ ਸਕਦਾ ਇਹ ਨੇਤਰਾ ਪ੍ਰੋਜੈਕਟ। ਤੇ ਬੇਸਿਕਲੀ ਇਹਦਾ ਮਕਸਦ ਇਹ ਹੋਊਗਾ, ਇਹ ਦੇਖੂਗਾ ਵੀ
ਸਪੇਸ ਦਾ ਉਹ ਕਿਹੜਾ ਹਿੱਸਾ ਹੈਗਾ ਜਿੱਥੇ ਡੈਬਰੀ ਜਿਹੜਾ ਸਪੇਸ ਡੈਬਰੀ ਹੈ ਸਪੇਸ ਦਾ ਕੂੜਾ ਮਲਬਾ ਹੈਗਾ ਉਹਦੀ ਕੰਸੈਂਟਰੇਸ਼ਨ ਜ਼ਿਆਦਾ ਹੈ ਤਾਂ ਕਰਕੇ ਆਪਾਂ ਆਪਣੇ ਜਿਹੜੇ ਸੈਟੇਲਾਈਟਸ ਨੇਗੇ ਉਹਨਾਂ ਨੂੰ ਉੱਧਰ ਨਾ ਭੇਜੀਏ ਤਾਂ ਕਿਸੇ ਹੋਰ ਰਾਹ ਦੇ ਥਰੂ ਆਪਾਂ ਸਪੇਸ ਦੇ ਵਿੱਚ ਉਹਨਾਂ ਨੂੰ ਲਾਂਚ ਕਰ ਲਈਏ ਤੇ ਤੁਸੀਂ ਦੇਖ ਸਕਦੇ ਹੋ ਇੰਨੀ ਜ਼ਿਆਦਾ ਐਕੂਰੇਸੀ ਹੋਊਗੀ ਇਸ ਪ੍ਰੋਜੈਕਟ ਦੀ। ਸਿਗਨੀਫਿਕੈਂਸ ਕੀ ਹੋਇਆ ਇਸ ਪ੍ਰੋਜੈਕਟ ਦੀ? ਬੇਸਿਕਲੀ ਆਪਣਾ ਆਪਣੇ ਇੰਡੀਆ ਕੋਲ ਆਪਦੀ ਖੁਦ ਦੀ ਕੈਪੇਬਿਲਿਟੀ ਆ ਜੂਗੀ ਸਪੇਸ ਸਿਚੁਏਸ਼ਨਲ ਅਵੇਅਰਨੈਸ ਦੀ, ਯਾਨੀ ਕਿ ਆਪਾਂ ਖੁਦ ਤੋਂ ਪਤਾ ਲਗਾ ਸਕਦੇ ਹਾਂ, ਖਤਰਾ ਡਿਟੈਕਟ ਕਰ ਸਕਦੇ ਹਾਂ ਆਪਣੀ ਇੰਡੀਆ ਦੇ ਜਿਹੜੇ ਸੈਟੇਲਾਈਟਸ ਨੇ ਉਹਨਾਂ ਨੂੰ ਕਿਹੜੇ ਜਿਹੜਾ ਆਪਣਾ ਸਪੇਸ ਡੈਬਰੀ ਆ ਉਹ ਤੋਂ ਕਿੰਨਾ ਕੁ ਖਤਰਾ ਹੈ ਜਾਂ ਉਹ ਕਿੰਨਾ ਕੁ ਨੁਕਸਾਨ ਪਹੁੰਚਾ ਸਕਦਾ ਇਸ ਪ੍ਰੋਜੈਕਟ ਦੇ ਵਿੱਚ, ਉਹ ਸਾਰਾ ਕੁਝ ਐਨਾਲਾਈਜ਼ ਕਰਿਆ ਜਾਊਗਾ। ਬਟ ਇਹਦਾ ਇੱਕ ਨੁਕਸਾਨ ਹੈ, ਜਿਹੜਾ ਇਹ ਪ੍ਰੋਜੈਕਟ ਨੇਤਰ ਹੈਗਾ ਫਿਲਹਾਲ ਦੀ ਘੜੀ ਇਹ ਅਨੁਮਾਨ ਲਗਾਇਆ ਜਾ ਰਿਹਾ ਵੀ ਜਿਹੜਾ ਆਪਣਾ ਧਰਤੀ ਦਾ ਲੋ ਅਰਥ ਓਰਬਿਟ ਹੈ ਆਪਣੇ ਧਰਤੀ ਤੋਂ 2000 ਕਿਲੋਮੀਟਰ ਦੀ ਉਚਾਈ ਤੱਕ ਹੀ ਜਿੰਨਾ ਵੀ ਸਪੇਸ ਡੈਬਰੀ ਹੈ ਉਹਨੂੰ ਡਿਟੈਕਟ ਕਰ ਸਕੂਗਾ ਇਹ ਨੇਤਰਾ ਪ੍ਰੋਜੈਕਟ। ਬਟ ਇਹਦਾ ਗੋਲ ਇਹ ਹੈ ਵੀ ਆਪਣਾ ਜਿਹੜਾ ਜੀਓ ਸਟੇਸ਼ਨਰੀ ਓਰਬਿਟ ਹੈ ਧਰਤੀ ਤੋਂ 36,000 ਕਿਲੋਮੀਟਰ ਤੱਕ ਦੀ ਉਚਾਈ ਜਿੱਥੇ ਆਪਣੇ ਇੰਡੀਆ ਦੇ ਤੇ ਦੁਨੀਆਂ ਦੇ ਪਤਾ ਹੀ ਨਹੀਂ ਕਿੰਨੇ ਕੁ ਕਮਿਊਨੀਕੇਸ਼ਨ ਸੈਟੇਲਾਈਟਸ ਨੇ, ਬਹੁਤ ਹੀ ਵੱਡੇ ਪ੍ਰੋਜੈਕਟ ਨੇਗੇ, ਉੱਥੇ ਤੱਕ ਜਿਹੜਾ ਸਪੇਸ ਡੈਬਰੀ ਹੈ ਉਹਨੂੰ ਵੀ ਡਿਟੈਕਟ ਕਰ ਸਕੇ, ਇਹ ਇਸ ਪ੍ਰੋਜੈਕਟ ਦਾ ਅਲਟੀਮੇਟ ਗੋਲ ਹੋਊਗਾ। ਹੁਣ ਇਸ ਪ੍ਰੋਜੈਕਟ ਦੀ ਆਪਾਂ ਨੂੰ ਲੋੜ ਕੀ ਪਈ? ਦੇਖੋ ਅੱਜ ਦੀ ਘੜੀ ਆਪਣੇ ਇੰਡੀਆ ਦੇ ਵਿੱਚ 15 ਅਜਿਹੀਆਂ ਫੰਕਸ਼ਨਲ ਸੈਟੇਲਾਈਟਸ ਨੇ, ਯਾਨੀ ਕਿ ਕੰਮ ਕਰ ਰਹੀਆਂ ਨੇ, ਜਿਹੜੀਆਂ ਕਿ ਕਮਿਊਨੀਕੇਸ਼ਨ ਸੈਟੇਲਾਈਟਸ ਨੇ ਤੇ ਆਪਣਾ ਜਿਹੜਾ ਜੀਓ ਸਟੇਸ਼ਨਰੀ ਓਰਬਿਟ ਹੈ ਉੱਥੇ ਕੰਮ ਕਰ ਰਹੀਆਂ ਨੇ। ਆਪਣੇ ਫੋਨਾਂ ਦੇ ਵਿੱਚ ਇੰਟਰਨੈਟ ਚੱਲਦਾ, ਇਹ ਕਿੱਥੋਂ ਚੱਲਦਾ? ਆਪਾਂ ਸਾਰਾ ਡਾਟਾ ਇਹ ਇੰਟਰਨੈਟ ਆਪਣਾ ਸੈਟੇਲਾਈਟ ਥਰੂ ਚੱਲਦਾ। ਉਸ ਤੋਂ ਇਲਾਵਾ 13 ਰਿਮੋਟ ਸੈਂਸਿੰਗ ਸੈਟੇਲਾਈਟਸ ਨੇ, ਇਹ ਆਪਣੇ ਧਰਤੀ ਦੇ ਲੋ ਅਰਥ ਓਰਬਿਟ ਦੇ ਵਿੱਚ ਨੇ। 8 ਨੈਵੀਗੇਸ਼ਨ ਸੈਟੇਲਾਈਟਸ ਨੇ, ਇਹ ਮੀਡੀਅਮ ਅਰਥ ਓਰਬਿਟ ਨੇ ਤੇ ਇਹ ਆਪਣੇ ਇੰਡੀਆ ਦਾ ਬਹੁਤ ਹੀ ਇੰਪੋਰਟੈਂਟ ਸਪੇਸ ਐਸੈਟ ਹੈ ਤੇ ਇਹਦੀ ਪ੍ਰੋਟੈਕਸ਼ਨ ਕਰਨੀ ਆਪਣੀ ਅਟਮੋਸਟ ਇੰਪੋਰਟੈਂਸ ਹੈ ਆਪਣੇ ਇੰਡੀਆ ਦੀ। ਤੇ ਹੁਣ ਸਪੇਸ ਡੈਬਰੀਸ ਅੱਜ ਦੇ ਸਮੇਂ ਇੰਨਾ ਜ਼ਿਆਦਾ ਖਤਰਾ ਬਣਾਇਆ ਹੈ, ਇਹ ਖਤਰਾ ਆਪਾਂ ਨੇ ਹੀ ਕ੍ਰੀਏਟ ਕੀਤਾ, ਜਿਹੜਾ ਇਹ ਸਪੇਸ ਦੇ ਵਿੱਚ ਪੋਲੂਸ਼ਨ ਹੀ ਹੈ ਇੱਕ ਤਰ੍ਹਾਂ ਦਾ, ਇਹ ਪੋਲੂਸ਼ਨ ਆਪਣੇ ਹਿਊਮਨ ਆਪਣੇ ਮੈਨਮੇਡ ਕਾਰਨਾਂ ਕਰਕੇ ਇਹ ਵੱਧਦਾ ਜਾ ਰਿਹਾ। ਦੇਖੋ ਇਹ ਜਦੋਂ ਇੱਕ ਸਮੇਂ ਤੱਕ ਇੰਨਾ ਜ਼ਿਆਦਾ ਵੱਧ ਗਿਆ ਇੰਨਾ ਕੁ ਨੁਕਸਾਨ ਕਰੂਗਾ ਆਪਣੇ ਜਿਹੜੇ ਬੇਸਿਕ ਪ੍ਰੋਜੈਕਟ ਹੋਣਗੇ। ਜਿਵੇਂ ਆਪਾਂ ਧਰਤੀ ਦੇ ਉੱਪਰ ਫਰਜ਼ ਕਰੋ ਹੁਣ 2021-22 ਤੱਕ ਆਪਾਂ ਨੇ ਆਪਣਾ ਗਗਨਯਾਨ ਮਿਸ਼ਨ ਹੈਗਾ ਉਹ ਧਰਤੀ ਦੇ ਲੋ ਅਰਥ ਓਰਬਿਟ ਦੇ ਉੱਪਰ ਭੇਜਣਾ ਹੈਗਾ ਤੇ ਉੱਥੇ ਹੁਣ ਫਰਜ਼ ਕਰੋ ਕਿਸੇ ਐਸਟ੍ਰੋਨੋਟ ਨੇ ਬਾਹਰੇ ਆ ਕੇ ਕੋਈ ਕੁਛ ਵੀ ਦੇਖਣਾ, ਕੁਝ ਵੀ ਚੀਜ਼ ਐਨਾਲਾਈਜ਼ ਕਰਨੀ ਹੈ ਤੇ ਇਹ ਸਪੇਸ ਡੈਬਰੀਸ ਨੂੰ ਦੇਖ ਲਓ ਉਹਨੂੰ ਨੁਕਸਾਨ ਪਹੁੰਚਾ ਸਕਦਾ। ਉਸ ਤੋਂ ਇਲਾਵਾ ਆਪਾਂ ਫਿਊਚਰ ਹੋਰ ਕਈ ਮਿਸ਼ਨ ਅੱਗੇ ਸਪੇਸ ਦੇ ਵਿੱਚ ਭੇਜਣੇ ਨੇ, ਇਹ ਡੈਬਰੀਸ ਆਪਾਂ ਨੂੰ ਜੇ ਰਾਹ ਦੇ ਵਿੱਚ ਹੀ ਆਪਣੇ ਸੈਟੇਲਾਈਟ ਦੇ ਵਿੱਚ ਟੱਕਰ ਮਾਰ ਗਿਆ ਤਾਂ ਫੇਰ ਕੀ ਹੋਊਗਾ? ਸੋ ਇਹ ਚੀਜ਼ਾਂ ਬਾਰੇ ਆਪਾਂ ਨੂੰ ਹੁਣੇ ਤੋਂ ਸੋਚਣਾ ਪਊਗਾ ਤੇ ਅਜਿਹਾ ਵੀ ਕੋਈ ਪ੍ਰੋਜੈਕਟ ਇਹਨਾਂ ਸਾਰੇ ਕੰਟਰੀਜ਼ ਦੇ ਨਾਲ ਮਿਲ ਕੇ ਇਹ ਜਿਹੜੀਆਂ ਸੁਪਰ ਮਹਾਂਸ਼ਕਤੀਆਂ ਨੇ, ਇਹ US ਹੋ ਗਈ, ਰਸ਼ੀਆ ਹੋ ਗਈ, ਜਪਾਨ ਕੰਟਰੀ ਹੋ ਗਈ, ਇਹਨਾਂ ਕੰਟਰੀਜ਼ ਦੀਆਂ ਜਿਹੜੀ ਸਪੇਸ ਏਜੰਸੀਜ਼ ਨੇ ਇਹਨਾਂ ਦੇ ਨਾਲ ਮਿਲ ਕੇ ਆਪਾਂ ਨੂੰ ਕੰਮ ਕਰਨਾ ਪਊਗਾ ਤਾਂ ਕਿ ਜਿਹੜਾ ਇਹ ਸਪੇਸ ਡੈਬਰੀ ਹੈਗਾ ਆਪਣੇ ਸਪੇਸ ਦੇ ਵਿੱਚ ਇਹਨੂੰ ਕਿਸੇ ਹੱਦ ਤੱਕ ਘਟਾਇਆ ਜਾ ਸਕੇ। ਸੋ ਇਹ ਸੀਗਾ ਸਾਰਾ ਪ੍ਰੋਜੈਕਟ ਨੇਤਰਾ ਦੇ ਬਾਰੇ। ਤੇ ਇੱਥੇ ਇੱਕ ਟੈਕਨੀਕਲ ਟਰਮ ਆਉਂਦੀ ਹੈ, ਉਹ ਵੀ ਮੈਂ ਤੁਹਾਨੂੰ ਸਮਝਾਉਣੀ ਚਾਹੁੰਦਾ, ਉਹਦਾ ਨਾਮ ਹੈਗਾ ਕੈਸਲਰ ਸਿੰਡਰੋਮ। ਕੈਸਲਰ ਸਿੰਡਰੋਮ ਦਾ ਮਤਲਬ ਇਹ ਹੁੰਦਾ, ਫਰਜ਼ ਕਰੋ ਐਗਜ਼ਾਮਪਲ ਤੋਂ ਸਮਝਾਉਣਾ, ਕੋਈ ਸੈਟੇਲਾਈਟ ਦਾ ਛੋਟਾ ਜਿਹਾ ਹਿੱਸਾ ਟੁੱਟ ਕੇ ਅਲੱਗ ਹੋ ਗਿਆ, ਹੁਣ ਉਹ ਇੰਨੀ ਤੇਜ਼ ਸਪੀਡ ਦੇ ਨਾਲ ਸਪੇਸ ਦੇ ਵਿੱਚ ਘੁੰਮੂਗਾ, ਫਰਜ਼ ਕਰੋ ਉਹ ਕਿਸੇ ਹੋਰ ਸੈਟੇਲਾਈਟ ਦੇ ਵਿੱਚ ਟੱਕਰ ਮਾਰ ਗਿਆ, ਉਹਨੇ 4 ਟੁਕੜੇ ਉਹ ਸੈਟੇਲਾਈਟ ਦੇ ਕਰਤੇ ਤੇ ਉਹ 4 ਟੁਕੜੇ ਉਹ ਸੈਟੇਲਾਈਟ ਦੇ ਅੱਗੇ ਕਿਸੇ ਹੋਰ ਸੈਟੇਲਾਈਟ ਨੂੰ ਹਿੱਟ ਕਰਨਗੇ। ਇੱਦਾਂ ਕਰਦੇ ਕਰਦੇ ਇਹ ਜਿਹੜਾ ਸਪੇਸ ਡੈਬਰੀ ਹੈ ਇਹਦੀ ਗਿਣਤੀ ਵੱਧਦੀ ਜਾਂਦੀ ਹੈ ਸਪੇਸ ਦੇ ਵਿੱਚ, ਇਹਨੂੰ ਕਿਹਾ ਜਾਂਦਾ ਹੈ ਜੀ ਕੈਸਲਰ ਸਿੰਡਰੋਮ। ਸੋ ਇਹ ਸੀ ਆਪਣੀ ਪਹਿਲੀ ਨਿਊਜ਼। ਦੂਸਰੀ ਨਿਊਜ਼ ਆਪਣੀ ਆਦੀ ਆ ਗਈ ਜੀ IPCC ਰਿਪੋਰਟ ਔਨ ਓਸ਼ਨ, ਇੰਟਰ ਗੌਰਮੈਂਟਲ ਪੈਨਲ ਔਨ ਕਲਾਈਮੇਟ ਚੇਂਜ, ਯਾਨੀ ਕਿ IPCC ਦੁਆਰਾ ਇੱਕ ਰਿਪੋਰਟ ਰਿਲੀਜ਼ ਕੀਤੀ ਗਈ ਹੈ ਆਪਣੇ ਓਸ਼ਨ ਤੇ ਕ੍ਰਾਇਓਸਫੀਅਰ ਦੇ ਉੱਪਰ ਕਲਾਈਮੇਟ ਚੇਂਜ ਨੂੰ ਲੈ ਕੇ। ਕ੍ਰਾਇਓਸਫੀਅਰ ਕੀ ਹੁੰਦਾ ਇਹ ਸਮਝੋ, ਬੇਸਿਕਲੀ ਕ੍ਰਾਇਓਸਫੀਅਰ ਆਪਣੀ ਧਰਤੀ ਦਾ ਉਹ ਹਿੱਸਾ ਹੁੰਦਾ ਹੈ ਜਿੱਥੇ ਬਰਫ਼ ਜੰਮੀ ਹੋਵੇ, ਆਸਾਨ ਭਾਸ਼ਾ ਦੇ ਵਿੱਚ ਇਹਨੂੰ ਕ੍ਰਾਇਓਸਫੀਅਰ ਕਿਹਾ ਜਾਂਦਾ। ਜਿਵੇਂ ਕਿ ਫੋਰ ਐਗਜ਼ਾਮਪਲ ਤੁਹਾਡੇ ਆਈਸ ਸ਼ੀਟਸ ਹੋ ਗਿਆ, ਤੁਹਾਡੇ ਗਲੇਸ਼ੀਅਰ ਹੋ ਗਏ, ਇਹ ਸਾਰਾ ਕ੍ਰਾਇਓਸਫੀਅਰ ਦਾ ਹਿੱਸਾ ਹੈਗਾ। ਤੇ ਇਸ ਰਿਪੋਰਟ ਦੇ ਵਿੱਚ ਬੇਸਿਕਲੀ ਆਪਾਂ ਨੂੰ ਰਿਸਕ ਦੱਸਿਆ ਹੋਇਆ ਵੀ ਓਸ਼ਨ ਗਲੇਸ਼ੀਅਰ ਲਗਾਤਾਰ ਪਿਘਲ ਰਹੇ ਨੇ, ਓਸ਼ਨ ਲਗਾਤਾਰ ਵਾਰਮ ਹੋ ਰਹੇ ਨੇ, ਇਹਦਾ ਆਪਣੀ ਲਾਈਫ ਤੇ ਆਪਣੇ ਇਕੋਸਿਸਟਮ ਦੇ ਉੱਪਰ ਬਹੁਤ ਹੀ ਜ਼ਿਆਦਾ ਬੁਰਾ ਪ੍ਰਭਾਵ ਪੈਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ। ਇਹਦੀ ਰਿਪੋਰਟ ਦੀਆਂ ਜੇ ਆਪਾਂ ਕੀ ਫਾਈਂਡਿੰਗਸ ਦੀ ਗੱਲ ਕਰੀਏ, IPCC ਬਾਰੇ ਵੀ ਮੈਂ ਤੁਹਾਨੂੰ ਅਲੱਗ ਚ ਦੱਸੂਗਾ, ਇਹ ਇਨਵਾਇਰਮੈਂਟ ਦੇ ਲਿਹਾਜ਼ ਨਾਲ ਬਹੁਤ ਇੰਪੋਰਟੈਂਟ ਨਿਊਜ਼ ਹੈ ਤੇ IPCC ਜਿਹੜੀ ਬਾਡੀ ਹੈ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਪਹਿਲਾਂ ਆਪਾਂ ਜਿਹੜੀ ਇਹ ਰਿਪੋਰਟ ਰਿਲੀਜ਼ ਕੀਤੀ ਗਈ ਹੈ ਇਹਦੇ ਕੀ ਫਾਈਂਡਿੰਗਸ ਬਾਰੇ ਗੱਲ ਕਰਦੇ ਹਾਂ, ਤੁਹਾਨੂੰ ਮੈਂ ਸਾਰਿਆਂ ਨੂੰ ਚਿੰਤਾ ਦਿਖਾਉਣੀ ਚਾਹੁੰਦਾ ਵੀ ਕਿੰਨਾ ਕੁ ਆਪਣੇ ਲਈ ਖਤਰਾ ਬਣਿਆ ਹੈ ਤੇ ਆਪਾਂ ਸੋਚਦੇ ਨੇ ਆਪਾਂ ਆਪਣੇ ਘਰੇ ਬੈਠੇ ਚਮਚਿਲ ਕਰਦੇ ਨੇ ਕਈ ਜਾਣੇ, ਠੀਕ ਹੈ। ਸੋ ਇਹ ਗੱਲਾਂ ਸੁਣਨ ਵਾਲੀਆਂ ਨੇ।
ਸਭ ਤੋਂ ਪਹਿਲਾਂ ਇਹਨਾਂ ਨੇ ਇਹ ਦੱਸਿਆ ਹੈ ਵੀ ਧਰਤੀ ਦਾ ਐਵਰੇਜ ਟੈਂਪਰੇਚਰ ਵੱਧ ਰਿਹਾ। ਇਹ ਗੱਲ ਤਾਂ ਅੱਜ ਕੱਲ੍ਹ ਹਰੇਕ ਬੱਚੇ ਨੂੰ ਪਤਾ ਧਰਤੀ ਦਾ ਐਵਰੇਜ ਟੈਂਪਰੇਚਰ ਵੱਧ ਰਿਹਾ। ਸੁਣਨੀ ਹੈਗੀ ਆ ਕੋਈ, ਆਪਾਂ ਕਿਹੜਾ ਕੋਈ ਸਟੈਪ ਚੱਕਣਾ ਹੈਗਾ, ਨਾ ਆਪਣੇ ਦੇਸ਼ਾਂ ਨੇ ਕੋਈ ਸਟੈਪ ਚੱਕਣਾ, ਵੱਧਦਾ ਤਾਂ ਵਧੀ ਜਾਵੇ, ਛੋਟੀ ਕੰਟਰੀਜ਼ ਡੁੱਬਦੀਆਂ ਤਾਂ ਡੁੱਬੀ ਜਾਂਦੇ, ਇਹਨਾਂ ਨੇ ਕਿਹੜਾ ਕੋਈ ਇਹੋ ਜਿਹਾ ਕੁਝ ਚੱਕਣਾ। ਉਹ ਬੱਚੀ ਜਿਹੜੀ ਸਵੀਡਨ ਦੀ ਗ੍ਰੇਟਾ ਥੈਨਬਰਗ ਹੈ ਉਹ ਉਈ ਭਕਾਈ ਕਰਦੀ ਫਿਰੀ ਜਾਂਦੀ ਹੈ। ਸੋ ਇਹ ਗੱਲਾਂ ਚਿੰਤਾ ਦੀਆਂ ਨੇ, ਬਹੁਤ ਚਿੰਤਾ ਦੀਆਂ ਨੇ। ਆਪਾਂ ਨੇ ਹਾਲੇ ਬਹੁਤ ਹੀ ਜ਼ਿਆਦਾ ਅੱਗੇ ਤੱਕ ਆਪਣੀ ਜ਼ਿੰਦਗੀ ਜੀਣੀ ਹੈ ਤੇ ਆਪਣਾ ਇਨਵਾਇਰਮੈਂਟ ਦੇ ਪ੍ਰਤੀ ਵੀ ਆਪਣਾ ਓਨਾ ਹੀ ਜ਼ਿਆਦਾ ਫਰਜ਼ ਬਣਦਾ ਜਿੰਨਾ ਆਪਣਾ ਆਪਣੇ ਘਰਦਿਆਂ ਦੇ ਲਈ। ਸੋ ਇਹ ਗੱਲਾਂ ਕਿਹੜੀ ਵੀ ਧਿਆਨ ਰੱਖਿਆ ਕਰੋ, ਇਹ ਚੀਜ਼ਾਂ ਕੰਜ਼ਰਵ ਕਰਨੀਆਂ ਬਹੁਤ ਜ਼ਰੂਰੀ ਨੇ। ਸੋ ਇਸ ਰਿਪੋਰਟ ਦੀ ਜਿਹੜੀ ਕੀ ਫਾਈਂਡਿੰਗਸ ਨੇ ਉਹਦੇ ਵਿੱਚ ਦੱਸਿਆ ਹੈ ਧਰਤੀ ਦਾ ਐਵਰੇਜ ਟੈਂਪਰੇਚਰ ਵੱਧ ਰਿਹਾ, ਓਸ਼ਨ ਦੀ ਐਸਿਡੀਫਿਕੇਸ਼ਨ ਹੋ ਰਹੀ ਹੈ, ਮਰੀਨ ਹੀਟ ਵੇਵਸ ਇਹ ਵੱਧ ਰਹੀਆਂ ਨੇ, ਐਲ ਨੀਨੋ ਤੇ ਲਾ ਨੀਨਾ ਦੇ ਜਿਹੜੇ ਇਵੈਂਟ ਨੇ ਇਹ ਹੋਰ ਵੀ ਜ਼ਿਆਦਾ ਫ੍ਰੀਕੁਐਂਟ ਹੋ ਗਏ। ਦੇਖੋ ਜਿਹੜੇ ਇਹ ਐਲ ਨੀਨੋ ਤੇ ਲਾ ਨੀਨਾ ਇਹ ਅਲੱਗ ਤੋਂ ਇੱਕ ਟੌਪਿਕ ਹੈ, ਇੱਥੇ ਤਾਂ ਨਹੀਂ ਮੈਂ ਤੁਹਾਨੂੰ ਸਮਝਾ ਸਕਦਾ, ਬਟ ਤੁਹਾਨੂੰ ਮੈਂ ਬੇਸਿਕ ਦੱਸ ਦੇਣਾ ਵੀ ਐਲ ਨੀਨੋ ਦਾ ਮਤਲਬ ਹੁੰਦਾ ਜਿਹੜੇ ਸਾਲ ਐਲ ਨੀਨੋ ਈਅਰ ਹੁੰਦਾ ਉਹ ਸਾਲ ਡਰੋਟ ਪੈਂਦਾ, ਯਾਨੀ ਕਿ ਸੋਕਾ ਪੈਂਦਾ, ਤੇ ਉਹਦੇ ਜਸਟ ਅਗਲੇ ਸਾਲ ਜਿਹੜਾ ਸਾਲ ਹੁੰਦਾ ਉਹਨੂੰ ਕਿਹਾ ਜਾਂਦਾ ਜੀ ਲਾ ਨੀਨਾ ਈਅਰ। ਤੇ ਲਾ ਨੀਨਾ ਈਅਰ ਦੇ ਵਿੱਚ ਇੰਨਾ ਜ਼ਿਆਦਾ ਮੀਂਹ ਪੈਂਦਾ, ਇੰਨਾ ਜ਼ਿਆਦਾ ਮੀਂਹ ਪੈਂਦਾ, ਹੜ੍ਹ ਆ ਜਾਂਦੇ ਨੇ, ਫਲੱਡਸ ਆ ਜਾਂਦੇ ਨੇ। ਸੋ ਇਹ ਜਿਹੜੇ ਐਲ ਨੀਨੋ ਤੇ ਲਾ ਨੀਨਾ ਦੇ ਇਵੈਂਟਸ ਨੇ ਇਹ ਹੋਰ ਵੀ ਜ਼ਿਆਦਾ ਵੱਧ ਰਹੇ ਨੇ, ਇਹ ਮੋਰ ਫ੍ਰੀਕੁਐਂਟ ਹੋ ਰਹੇ ਨੇ ਗੇ ਧਰਤੀ ਦੇ ਐਵਰੇਜ ਟੈਂਪਰੇਚਰ ਵਧਣ ਦੇ ਨਾਲ। ਉਸ ਤੋਂ ਇਲਾਵਾ ਗਲੋਬਲ ਵਾਰਮਿੰਗ ਕਰਕੇ ਠੀਕ ਹੈ ਆਪਣਾ ਜਿਹੜਾ ਓਸ਼ਨ ਹੈਗਾ ਇਹ ਵਾਰਮ ਹੋ ਰਿਹਾ। ਦੇਖੋ ਓਸ਼ਨ ਹੁੰਦਾ ਜਿਹੜਾ ਆਪਣਾ ਸਮੁੰਦਰ ਹੁੰਦਾ ਹੈ, ਬੇਸਿਕਲੀ ਇਹ ਆਪਣੀ ਜਿਹੜੀ ਕਾਰਬਨ ਡਾਈਆਕਸਾਈਡ ਹੈਗੀ ਇਹਨੂੰ ਐਬਜ਼ੋਰਬ ਕਰਦਾ। ਹੁਣ ਕਿਸੇ ਹੱਦ ਤੱਕ ਹੀ ਕਰੂਗਾ, ਓਸ਼ਨ ਵਿਚਾਰਾ ਕਿੰਨੀ ਕੁ ਲਿਮਿਟ ਹੁੰਦੀ ਹੈ ਇਹਦੀ, ਕਿੰਨਾ ਕੁ ਕਾਰਬਨ ਡਾਈਆਕਸਾਈਡ ਨੂੰ ਐਬਜ਼ੋਰਬ ਕਰੀ ਜਾਊਗਾ ਤੇ ਆਪਾਂ ਨੂੰ ਬਚਾਈ ਜਾਊਗਾ, ਇਹਦੀ ਵੀ ਇੱਕ ਲਿਮਿਟ ਹੈ। ਤੁਸੀਂ ਦੇਖ ਸਕਦੇ ਹੋ 90% ਤੋਂ ਜ਼ਿਆਦਾ ਇਹ ਹੀਟ ਐਬਜ਼ੋਰਬ ਕਰ ਚੁੱਕਿਆ ਆਪਣੇ ਕਲਾਈਮੇਟ ਸਿਸਟਮ ਦੇ ਵਿੱਚ, ਤੇ ਤੁਸੀਂ ਦੇਖ ਸਕਦੇ ਹੋ ਹੋਰ ਇਹ ਤੋਂ ਜ਼ਿਆਦਾ ਓਸ਼ਨ ਕਿੰਨੀ ਜ਼ਿਆਦਾ ਹੀਟ ਐਬਜ਼ੋਰਬ ਕਰੂਗਾ ਤੇ ਆਪਾਂ ਨੂੰ ਕਿੰਨਾ ਕੁ ਸਮਾਂ ਬਚਾਊਗਾ। ਉਸ ਤੋਂ ਇਲਾਵਾ ਜਿਹੜਾ ਓਸ਼ਨ ਦਾ ਵਾਰਮਿੰਗ ਦਾ ਰੇਟ ਹੈ 1993 ਤੋਂ ਲੈ ਕੇ ਹੁਣ ਤੱਕ ਦੁੱਗਣਾ ਹੋ ਗਿਆ, ਯਾਨੀ ਕਿ ਦੁੱਗਣੀ ਸਪੀਡ ਦੇ ਨਾਲ ਜਿਹੜਾ ਆਪਣਾ ਓਸ਼ਨ ਹੈ ਉਹ ਵਾਰਮ ਹੋ ਰਿਹਾ। ਇਹਦੇ ਨਾਲ ਜਿਹੜੇ ਗਲੇਸ਼ੀਅਰ ਵਗੈਰਾ ਨੇ ਉਹ ਵੀ ਪਿਘਲ ਰਹੇ ਨੇ, ਧਰਤੀ ਦਾ ਐਵਰੇਜ ਟੈਂਪਰੇਚਰ ਵਧਣ ਦੇ ਨਾਲ ਗਲੇਸ਼ੀਅਰ ਪਿਘਲ ਰਹੇ ਨੇ, ਓਸ਼ਨ ਦਾ ਜਿਹੜਾ ਵਾਟਰ ਲੈਵਲ ਆ ਉਹ ਰਾਈਜ਼ ਕਰ ਰਿਹਾ, ਤੇ ਛੋਟੇ ਛੋਟੇ ਜਿਹੜੇ ਆਈਲੈਂਡ ਕੰਟਰੀਜ਼ ਨੇ ਉਹ ਡੁੱਬਣ ਦੀ ਕਗਾਰ ਤੇ ਆ ਗਈਆਂ। IPCC ਦੀ ਰਿਪੋਰਟ ਦੇ ਹਿਸਾਬ ਨਾਲ ਇਹ ਵੀ ਦੱਸਿਆ ਗਿਆ ਵੀ ਆਪਣਾ ਜਿਹੜਾ ਮੁੰਬਈ ਸ਼ਹਿਰ ਹੈ ਉਹ ਵੀ ਅੱਜ ਤੋਂ 20-30 ਸਾਲ ਬਾਅਦ ਡੁੱਬ ਸਕਦਾ, ਇਹ ਪੂਰੇ ਪੂਰੇ ਚਾਂਸਿਸ ਨੇ। ਛੋਟੇ ਛੋਟੇ ਕੰਟਰੀਜ਼ ਲਾ ਲਓ, ਮਾਲਦੀਵਸ ਕੰਟਰੀ ਲਾ ਲਓ, ਇੰਡੋਨੇਸ਼ੀਆ, ਜਿਹੜੇ ਇਹ ਸਾਰੇ ਆਰਕੀਪੈਲਗਿਓ ਨੇ, ਇਹ ਕਿਸੇ ਸਮੇਂ ਤੱਕ ਆਉਣ ਵਾਲੇ ਸਮੇਂ ਤੱਕ ਪਾਣੀ ਦੇ ਅੰਦਰ ਡੁੱਬ ਜਾਣਗੇ, ਇੰਨਾ ਜ਼ਿਆਦਾ ਖਤਰਾ। ਤੇ ਉਸ ਤੋਂ ਇਲਾਵਾ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਹੈਗਾ, ਇਹ ਸਾਰੇ ਇਵੈਂਟਸ ਹੋਣੇ ਨਹੀਂ ਚਾਹੀਦੇ ਸੀ, ਇਹ ਕੁਦਰਤ ਦੇ ਨਾਲ ਛੇੜਛਾੜਾ, ਇਹਦੇ ਕਰਕੇ ਫਲੱਡਸ ਆਉਂਦੇ ਰਹਿੰਦੇ ਨੇ ਤੇ ਆਪਣੇ ਕਿੰਨੇ ਕੁ ਸ਼ਹਿਰ ਡੁੱਬ ਜਾਂਦੇ ਨੇ, ਇਹ ਚੀਜ਼ਾਂ ਬਾਰੇ ਤਾਂ ਆਪਾਂ ਸਾਰੇ ਵਾਕਿਫ ਹਾਂਗੇ। ਹੁਣ ਆਪਾਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ ਇੱਕ ਡੈਫੀਨੇਸ਼ਨ ਮੈਂ ਤੁਹਾਨੂੰ ਦੇਣੀ ਚਾਹੁੰਦਾ ਹੀਟ ਵੇਵ ਦੀ। ਹੀਟ ਵੇਵ ਆ ਮਰੀਨ ਹੀਟ ਵੇਵ ਆਪਾਂ ਸ਼ਬਦ ਇੱਥੇ ਪੜਿਆ ਸੀਗਾ, ਇਹ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ। ਦੇਖੋ ਬੇਸਿਕਲੀ ਹੀਟ ਵੇਵ ਦੀਆਂ ਕਈ ਸਾਰੀਆਂ ਡੈਫੀਨੇਸ਼ਨ ਨੇ, ਬਟ ਵਰਲਡ ਮੀਟਰੋਲੋਜੀਕਲ ਆਰਗੇਨਾਈਜੇਸ਼ਨ ਦੇ ਹਿਸਾਬ ਨਾਲ ਜਿਹੜੀ ਡੈਫੀਨੇਸ਼ਨ ਇਹਨਾਂ ਨੇ ਦਿੱਤੀ ਹੈ ਉਹ ਸਭ ਤੋਂ ਜ਼ਿਆਦਾ ਐਕੂਰੇਟ ਹੈ ਤੇ ਆਪਾਂ ਨੂੰ ਇਹ ਮੰਨਣੀ ਪਊਗੀ ਕਿਉਂਕਿ ਇਹ ਯੂਨਾਈਟਿਡ ਨੇਸ਼ਨ ਦੀ ਸੰਸਥਾ ਹੈਗੀ। ਇਹ ਵਰਲਡ ਮੀਟਰੋਲੋਜੀਕਲ ਆਰਗੇਨਾਈਜੇਸ਼ਨ ਦੇ ਹਿਸਾਬ ਨਾਲ ਇਹਨਾਂ ਨੇ ਹੀਟ ਵੇਵ ਨੂੰ ਡਿਫਾਈਨ ਐਵੇਂ ਕੀਤਾ ਹੈ ਵੀ ਜਦੋਂ ਡੇਲੀ ਮੈਕਸੀਮਮ ਟੈਂਪਰੇਚਰ 5 ਦਿਨ ਲਗਾਤਾਰ ਵੱਧ ਜੇ, ਐਕਸੀਡ ਕਰ ਜੇ ਐਵਰੇਜ ਟੈਂਪਰੇਚਰ ਤੋਂ 9 ਡਿਗਰੀ ਜ਼ਿਆਦਾ। ਪਹਿਲਾਂ ਇਹਦੀ ਆਪਾਂ ਸਮਝਦੇ ਹਾਂ ਵੀ ਇਹਨਾਂ ਨੇ ਲਿਖਿਆ ਕਿਹਾ, ਕਹਿੰਦੇ ਡੇਲੀ ਮੈਕਸੀਮਮ ਟੈਂਪਰੇਚਰ ਫੋਰ ਮੋਰ ਦੈਨ 5 ਕੰਜ਼ੀਕਿਊਟਿਵ ਡੇਜ਼, ਲਗਾਤਾਰ 5 ਦਿਨ ਡੇਲੀ ਐਵਰੇਜ ਜਿਹੜਾ ਮੈਕਸੀਮਮ ਟੈਂਪਰੇਚਰ ਹੈ ਉਹ ਐਕਸੀਡ ਕਰ ਜੇ ਐਵਰੇਜ ਟੈਂਪਰੇਚਰ ਤੋਂ 9 ਡਿਗਰੀ ਤਾਂ ਉਹਨੂੰ ਕਿਹਾ ਜਾਂਦਾ ਜੀ ਹੀਟ ਵੇਵ। ਆਪਾਂ ਜਦੋਂ ਆਪਣੀ ਜਦੋਂ ਗਰਮੀ ਦੀ ਸ਼ੁਰੂਆਤ ਹੁੰਦੀ ਹੈ ਇੰਨੀ ਤੇਜ਼ ਤੇ ਗਰਮ ਹਵਾ ਆਪਾਂ ਨੂੰ ਜਦੋਂ ਫੀਲ ਹੁੰਦੀ ਆ ਉਹ ਹੀਟ ਵੇਵ ਹੁੰਦੀ ਆ ਆਪਣੇ ਪੰਜਾਬ ਦੇ ਵਿੱਚ ਤਾਂ ਅਕਸਰ ਆਪਾਂ ਦੇਖਦੇ ਹਾਂ। ਤੇ ਹੁਣੇ ਹੁਣੇ ਥੋੜੇ ਅੱਜ ਤੋਂ 1-1.5 ਮਹੀਨੇ ਪਹਿਲਾਂ ਯੂਰੋਪ ਦੇ ਵਿੱਚ ਵੀ ਹੀਟ ਵੇਵ ਦੇਖੀ ਗਈ। ਤੁਸੀਂ ਦੇਖੋ ਹੈਰਾਨ ਹੋਵੋਗੇ ਸੁਣ ਕੇ, ਯੂਰੋਪ ਦੇ ਵਿੱਚ ਜਿਹੜੇ ਕੰਟਰੀਜ਼ ਨੇ ਜਿਵੇਂ ਕਿ ਫਰਾਂਸ ਹੋ ਗਈ, ਜਰਮਨ ਹੋ ਗਈ, ਉਸ ਤੋਂ ਇਲਾਵਾ ਨਾਰਵੇ, ਸਵੀਡਨ, ਇਹਨਾਂ ਕੰਟਰੀ ਦੇ ਵਿੱਚ ਵੀ ਹੀਟ ਵੇਵ ਦੇਖੇ ਜਾਂਦੇ, ਯਾਨੀ ਜਦਕਿ ਇਹ ਜਿਹੜੇ ਕੰਟਰੀਜ਼ ਨੇ ਇਹ ਟੈਂਪਰੇਟ ਏਰੀਆ ਦੇ ਵਿੱਚ ਪਾਈ ਜਾਂਦੇ ਨੇ, ਜਦਕਿ ਜਿਹੜੀ ਹੀਟ ਵੇਵ ਹੈ ਇਹ ਜ਼ਿਆਦਾਤਰ ਟ੍ਰੋਪੀਕਲ ਜਿਹੜੇ ਗਰਮ ਏਰੀਆਜ਼ ਨੇ ਉੱਥੇ ਦੇਖਣ ਨੂੰ ਮਿਲਦੀ ਹੈ। ਸੋ ਕਲਾਈਮੇਟ ਚੇਂਜ ਕਰਕੇ ਇਹ ਸਾਰੇ ਐਵਨ ਦੇਖਣ ਨੂੰ ਮਿਲ ਰਹੇ ਨੇ। ਤੇ ਹੀਟ ਵੇਵ ਦੇਖੋ ਆਪਾਂ ਜਿਹੜੇ ਪੰਜਾਬ ਦੇ ਲੋਕ ਆ, ਆਪਣੇ ਇੰਡੀਆ ਦੇ ਕਈ ਲੋਕ ਨੇ, ਖਾਸ ਕਰਕੇ ਜਿਹੜੇ ਨੌਰਥ ਦੀਆਂ ਸਟੇਟਾਂ ਨੇ, ਉਹ ਤਾਂ ਹੀਟ ਵੇਵ ਦੀਆਂ ਆਦੀ ਨੇ। ਆਪਾਂ ਤਾਂ ਗਰਮੀ ਨੂੰ 40-45 ਡਿਗਰੀ ਤੱਕ ਝੱਲ ਸਕਦੇ ਹਾਂ,
ਬਟ ਜਿਹੜੀਆਂ ਇਹ ਯੂਰੋਪੀਅਨ ਕੰਟਰੀਜ਼ ਨੇ ਇਹਨਾਂ ਕੰਟਰੀ ਦਾ ਜਿਹੜਾ ਐਵਰੇਜ ਟੈਂਪਰੇਚਰ ਆ ਉਹ 25-25 ਬਸ ਇੰਨਾ ਕੁ ਰਹਿੰਦਾ ਐਵਰੇਜ ਟੈਂਪਰੇਚਰ ਤੇ ਇਹ ਇੰਨੇ ਜ਼ਿਆਦਾ ਹਾਈ ਟੈਂਪਰੇਚਰ ਦੇ ਲੋਕ ਆਦੀ ਹੈਗੇ ਤਾਂ ਕਰਕੇ ਅੱਜ ਤੋਂ 2-3 ਮਹੀਨੇ ਪਹਿਲਾਂ ਯੂਰੋਪ ਦੇ ਵਿੱਚ ਜਿਹੜੀ ਹੀਟ ਵੇਵ ਆਈ ਸੀ ਉਹਦੇ ਕਰਕੇ ਕਈ ਲੋਕਾਂ ਦੀ ਜਾਨ ਚਲੀ ਗਈ ਸੀ ਸੋ ਇੰਨਾ ਜ਼ਿਆਦਾ ਖਤਰਾ ਇਹ ਲੌਂਗ ਟਰਮ ਆਪਾਂ ਨੂੰ ਲੰਬੇ ਸਮਾਂ ਜਦੋਂ ਲੰਘਦਾ ਜਾਊਗਾ ਉਦੋਂ ਇਹ ਗੱਲਾਂ ਦਾ ਅਹਿਸਾਸ ਹੋਊਗਾ ਤੇ ਆਈਪੀਸੀਸੀ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ ਇਹ ਬੋਡੀ ਕੀ ਹੈ ਤਾਂ ਬੇਸਿਕਲੀ ਇਹ ਇੱਕ ਇੰਟਰ ਗੌਰਮੈਂਟਲ ਬੋਡੀ ਹੈ ਇੰਟਰ ਗੌਰਮੈਂਟਲ ਤੋਂ ਭਾਵ ਕਈ ਕੰਟਰੀਜ਼ ਨੇ ਮਿਲ ਕੇ ਇਹ ਸੰਸਥਾ ਬਣਾਈ ਸੀਗੀ ਤੇ ਇਹ ਯੂਨਾਈਟਿਡ ਨੇਸ਼ਨ ਦੀ ਸੰਸਥਾ ਹੈਗੀ ਤੇ ਇਹਦਾ ਕੰਮ ਕੀ ਹੈ ਬੇਸਿਕਲੀ ਕਲਾਈਮੇਟ ਚੇਂਜ ਹੋ ਗਿਆ ਤੇ ਕਲਾਈਮੇਟ ਚੇਂਜ ਦਾ ਆਪਣੀ ਇਕਨੋਮੀ ਆਪਣੀ ਨੇਚਰ ਇਹ ਸਾਰਿਆਂ ਦੇ ਉੱਪਰ ਕਿਵੇਂ ਇਫੈਕਟ ਪੈਂਦਾ ਉਹ ਸਾਰੇ ਨੂੰ ਲੈ ਕੇ ਇਹ ਰਿਪੋਰਟ ਦੱਸਦੀ ਹੈ ਤੇ 1988 ਦੇ ਵਿੱਚ ਇਹ ਬੋਡੀ ਸਟੈਬਲਿਸ਼ ਕੀਤੀ ਗਈ ਸੀ ਹੈਡਕੁਆਟਰ ਹੈਗਾ ਇਹਦਾ ਜਨੇਵਾ ਵਿਖੇ ਸਭ ਤੋਂ ਇੰਪੋਰਟੈਂਟ ਗੱਲ ਇਹਦੀ ਇਹ ਹੈ ਇਸ ਬੋਡੀ ਦੀ ਇਹ ਬੋਡੀ ਆਪਦੇ ਵੱਲੋਂ ਕੋਈ ਵੀ ਰਿਸਰਚ ਕੰਡਕਟ ਨਹੀਂ ਕਰਦੀ ਨਾ ਹੀ ਇਹ ਕੋਈ ਡਾਟਾ ਕਲੈਕਟ ਕਰਦੀ ਹੈ ਇਹ ਆਪਦੇ ਵੱਲੋਂ ਕੁਛ ਨਹੀਂ ਕਰਦੀ ਇਹ ਬੋਡੀ ਵਿਹਲੀ ਹੈ ਦੂਸਰੀਆਂ ਬੋਡੀਜ਼ ਦੀਆਂ ਕੋਈ ਵੀ ਉਹਨਾਂ ਦਾ ਰਿਸਰਚ ਵਰਕ ਹੋ ਗਿਆ ਉਹ ਸਾਰੇ ਨੂੰ ਕੰਪਾਈਲ ਕਰਕੇ ਆਈਪੀਸੀਸੀ ਰਿਪੋਰਟ ਪਬਲਿਸ਼ ਕਰਦੀ ਆ ਆਪਦੇ ਵੱਲੋਂ ਇਹ ਕੋਈ ਵੀ ਡਾਟਾ ਨਹੀਂ ਕਲੈਕਟ ਕਰਦੀਆਂ ਨਾ ਹੀ ਇਹ ਕੋਈ ਰਿਸਰਚ ਕਰਨਾ ਇਹ ਸਭ ਤੋਂ ਇੰਪੋਰਟੈਂਟ ਗੱਲ ਹੈ ਇਹ ਧਿਆਨ ਚ ਰੱਖਿਓ ਤੇ ਆਈਪੀਸੀਸੀ ਨੂੰ 2007 ਦੇ ਵਿੱਚ ਨੋਬਲ ਪ੍ਰਾਈਜ਼ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਨੋਬਲ ਪੀਸ ਪ੍ਰਾਈਜ਼ ਅਗਲੀ ਨਿਊਜ਼ ਆ ਗਈ ਕੈਰੀਕੋਮ ਕੰਟਰੀਜ਼ ਦੇ ਨਾਲ ਰਿਲੇਟਡ ਜਾਂ ਤੁਸੀਂ ਕਹਿ ਲਓ ਕੈਰੇਬੀਅਨ ਕਮਿਊਨਿਟੀ ਇਹ ਕੈਰੇਬੀਅਨ ਕਮਿਊਨਿਟੀ ਜਾਂ ਕੈਰੀਕੋਮ ਕੰਟਰੀਜ਼ ਦਾ ਗਰੁੱਪ ਇਹ ਹੈਗਾ ਕੀ ਹੈ ਬੇਸਿਕਲੀ ਆਪਾਂ ਸਾਰਿਆਂ ਨੂੰ ਪਤਾ ਹੈ ਆਪਣੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ US ਗਏ ਹੋਣੇ ਆਪਣਾ ਯੂਨਾਈਟਿਡ ਨੇਸ਼ਨ ਦਾ ਜਿਹੜਾ ਜਨਰਲ ਅਸੈਂਬਲੀ ਹੈ ਉਹ ਕਾਨਫਰੰਸ ਹੈਲਡ ਕਰਨ ਤੇ ਉਸ UNGA ਦੀ ਜਿਹੜੀ ਅਸੈਂਬਲੀ ਹੈ ਉਹਦੀ ਸਾਈਡ ਲਾਈਨਸ ਤੇ ਇਹ ਕੈਰੀਕੋਮ ਕੰਟਰੀਜ਼ ਦੇ ਨਾਲ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਮੀਟਿੰਗ ਰੱਖੀ ਸੀ ਤੇ ਹੁਣ ਆਪਾਂ ਇਸ ਮੀਟਿੰਗ ਦੇ ਵਿੱਚੋਂ ਕੀ ਆਊਟਕਮ ਨਿਕਲ ਕੇ ਆਇਆ ਬੇਸਿਕਲੀ ਜਿਹੜੀਆਂ ਇਹ ਕੈਰੀਕੋਮ ਕੰਟਰੀਜ਼ ਨੇ ਜਿਨ੍ਹਾਂ ਬਾਰੇ ਆਪਾਂ ਹੁਣੇ ਪੜ੍ਹਨ ਵਾਲੇ ਹਾਂ ਉਹਨਾਂ ਦੇ ਨਾਲ ਆਪਾਂ ਨੇ ਹੁਣ ਰਿਲੇਸ਼ਨ ਬੂਸਟ ਕਰਨੇ ਨੇ ਬਾਇਲੇਟਰਲ ਟ੍ਰੇਡ ਇਹਨਾਂ ਕੰਟਰੀਜ਼ ਦੇ ਨਾਲ ਐਸਟੈਬਲਿਸ਼ ਕਰਨਾ ਤੇ ਹੋਰ ਵੀ ਕਈ ਚੀਜ਼ਾਂ ਇਸ ਤੋਂ ਇਲਾਵਾ ਇਹਨਾਂ ਕੰਟਰੀਜ਼ ਨੂੰ ਆਪਣੇ ਇੰਡੀਆ ਵੱਲੋਂ ਅਸਿਸਟੈਂਸ ਵੀ ਦਿੱਤੀ ਗਈ ਹੈ ਗ੍ਰਾਂਟ ਅਲੱਗ ਦਿੱਤੀ ਗਈ ਹੈ ਤੇ ਲਾਈਨ ਆਫ ਕ੍ਰੈਡਿਟ ਅਲੱਗ ਦਿੱਤਾ ਗਿਆ ਇਹਨਾਂ ਚੀਜ਼ਾਂ ਨੂੰ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਪਤਾ ਹੈ ਥੋੜੇ ਕੁ ਦਿਨ ਪਹਿਲਾਂ US ਦੇ ਫਲੋਰੀਡਾ ਹੋ ਗਈ ਤੇ ਉਸ ਤੋਂ ਇਲਾਵਾ ਇੱਕ ਛੋਟੀ ਜਿਹੀ ਆਈਲੈਂਡ ਕੰਟਰੀ ਆ ਉਹ ਹੈਗੀ ਜੀ ਬਹਾਮਾਸ ਇੱਥੇ ਇੱਕ ਹਰੀਕੇਨ ਆਇਆ ਸੀ ਉਹਦਾ ਨਾਮ ਸੀਗਾ ਹਰੀਕੇਨ ਡੋਰੀਅਨ ਇਸ ਹਰੀਕੇਨ ਡੋਰੀਅਨ ਨੇ ਕਾਫੀ ਜ਼ਿਆਦਾ ਡਿਸਟਰਕਸ਼ਨ ਮਚਾਈ ਸੀ ਸੋ ਤਾਂ ਕਰਕੇ ਇੰਡੀਆ ਨੇ ਪਹਿਲਾਂ ਤਾਂ $1 million ਦੀ ਇਹਨਾਂ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਹੈ ਬਹਾਮਾਸ ਕੰਟਰੀ ਨੂੰ ਉਸ ਤੋਂ ਇਲਾਵਾ $14 million ਦੀ ਇਹਨਾਂ ਸਾਰੀਆਂ ਕੰਟਰੀਜ਼ ਨੂੰ ਆਪਾਂ ਨੇ ਗ੍ਰਾਂਟ ਦਿੱਤੀ ਹੈ ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟ ਦੇ ਲਈ ਯਾਨੀ ਕਿ ਇਹ ਜਿਹੜਾ $14 million ਪੈਸਾ ਹੈਗਾ ਇਹ ਆਪਾਂ ਨੇ ਬਸ ਇਹਨਾਂ ਨੂੰ ਐਜ਼ ਏ ਗਿਫਟ ਦਿੱਤਾ ਹੈਗਾ ਤੇ ਉਸ ਤੋਂ ਇਲਾਵਾ $150 million ਇਹ ਆਪਾਂ ਨੇ ਲਾਈਨ ਆਫ ਕ੍ਰੈਡਿਟ ਦਿੱਤਾ ਇਹਨਾਂ ਕੰਟਰੀਜ਼ ਨੂੰ ਤੇ ਇਹ ਪੈਸਾ ਇਹ ਕੰਟਰੀਜ਼ ਰੀਨਿਊਏਬਲ ਐਨਰਜੀ ਕਲਾਈਮੇਟ ਚੇਂਜ ਨਾਲ ਰਿਲੇਟਡ ਜਿਹੜੇ ਵੀ ਪ੍ਰੋਜੈਕਟਸ ਨੇ ਇਹਨਾਂ ਦੇ ਵਿੱਚ ਇਹ ਪੈਸਾ ਵਰਤਣਗੀਆਂ ਲਾਈਨ ਆਫ ਕ੍ਰੈਡਿਟ ਦੇ ਬਾਰੇ ਮੈਂ ਤੁਹਾਨੂੰ ਪੜ੍ਹਾ ਚੁੱਕਿਆ ਸੀ ਬੇਸਿਕਲੀ ਇਹ ਹੁੰਦਾ ਤਾਂ ਲੋਨ ਹੈ ਬਟ ਇਹ ਲੋਨ ਦੀਆਂ ਸ਼ਰਤਾਂ ਬਹੁਤ ਹੀ ਰਿਲੈਕਸਡ ਹੁੰਦੀਆਂ ਨੇ ਵਿਆਜ ਬਹੁਤ ਹੀ ਜ਼ਿਆਦਾ ਘੱਟ ਹੁੰਦਾ ਆਰਾਮ ਨਾਲ ਇਹ ਲੋਨ ਭਰਿਆ ਜਾ ਸਕਦਾ ਬਟ ਇਹਦੀ ਇੱਕ ਕੰਡੀਸ਼ਨ ਹੁੰਦੀ ਹੈ ਜਿਹੜੇ ਕੰਮ ਦੇ ਲਈ ਲਾਈਨ ਆਫ ਕ੍ਰੈਡਿਟ ਦੇ ਵਿੱਚ ਪੈਸਾ ਦਿੱਤਾ ਜਾਂਦਾ ਉਹ ਪੈਸਾ ਸਿਰਫ ਉਸੇ ਕੰਮ ਦੇ ਵਿੱਚ ਹੀ ਵਰਤਿਆ ਜਾਊਗਾ ਸੋ ਇੰਡੀਆ ਨੇ ਇਹ ਪੈਸਾ $150 million ਇਹਨਾਂ ਕੰਟਰੀਜ਼ ਨੂੰ ਰੀਨਿਊਏਬਲ ਐਨਰਜੀ ਤੇ ਕਲਾਈਮੇਟ ਚੇਂਜ ਨਾਲ ਰਿਲੇਟਡ ਜਿਹੜੇ ਵੀ ਪ੍ਰੋਜੈਕਟ ਨੇ ਉਹਨਾਂ ਦੇ ਲਈ ਇਹ ਪੈਸਾ ਦਿੱਤਾ ਤੇ ਇਹ ਪੈਸਾ ਇਹਨਾਂ ਕੰਟਰੀਜ਼ ਨੂੰ ਇਹਨਾਂ ਪ੍ਰੋਜੈਕਟ ਦੇ ਵਿੱਚ ਹੀ ਲਾਉਣਾ ਪਊਗਾ ਹੁਣ ਕੈਰੀਕੋਮ ਕੰਟਰੀਜ਼ ਹੈਗੀਆਂ ਕਿਨੇ ਬੇਸਿਕਲੀ ਜਦੋਂ ਆਪਾਂ ਆਪਣੀ ਮੈਪਿੰਗ ਸੀਰੀਜ਼ ਕਰ ਰਹੇ ਸੀਗੇ ਤਾਂ ਉਦੋਂ ਮੈਂ ਤੁਹਾਨੂੰ ਇੱਕ ਦੱਸਿਆ ਸੀਗਾ ਵੀ ਨਾਰਥ ਅਮਰੀਕਾ ਤੇ ਸਾਊਥ ਅਮਰੀਕਾ ਦੇ ਵਿਚਾਲੇ ਛੋਟੇ ਛੋਟੇ ਕੰਟਰੀਜ਼ ਦਾ ਗਰੁੱਪ ਹੈ ਉਹ ਸਾਰੇ ਨੂੰ ਕੈਰੇਬੀਅਨ ਪੈਨਿਸੂਲਾ ਕਹਿੰਦੇ ਨੇ ਤੇ ਉਹਦੇ ਵਿੱਚ ਕੈਰੇਬੀਅਨ ਆਈਲੈਂਡਸ ਨੇ ਕਈ ਉਹ ਕੈਰੇਬੀਅਨ ਆਈਲੈਂਡ ਦੇ ਵਿੱਚ ਕਈ ਛੋਟੇ ਛੋਟੇ ਕੰਟਰੀਜ਼ ਨੇ ਮੈਂ ਤੁਹਾਨੂੰ ਉਦੋਂ ਸਪੈਸ਼ਲ ਫੋਕਸ ਕਿਹਾ ਸੀ ਵੀ ਇਹਨਾਂ 'ਚੋਂ ਕਈ ਕੰਟਰੀਜ਼ ਨਿਊ ਦੇ ਵਿੱਚ ਰਹਿੰਦੇ ਨੇ ਇਹਨਾਂ ਦੇ ਨਾਮ ਯਾਦ ਰੱਖਿਓ ਜਿਵੇਂ ਕਿ ਅੱਜ ਜਮੈਕਾ ਕੰਟਰੀ ਹੋ ਗਈ ਡੋਮਿਨਿਕ ਰਿਪਬਲਿਕ ਹੋ ਗਈ ਇੱਥੇ ਟ੍ਰਿਨਿਡਾਡ ਐਂਡ ਟੋਬੈਕੋ ਹੋ ਗਈ ਬਾਰਬੈਡੋਸ ਬਹਾਮਾਸ ਐਂਟੀਗੁਆ ਇਹ ਸਾਰੀਆਂ ਛੋਟੀ ਛੋਟੀ ਕੰਟਰੀਜ਼ ਕੈਰੀਕੋਮ ਕੰਟਰੀਜ਼ ਦੀਆਂ ਮੈਂਬਰ ਨੇ ਤੇ ਇਹ ਟੋਟਲ 15 ਕੰਟਰੀਜ਼ ਨੇ ਇਹਨਾਂ 15 ਕੰਟਰੀ ਦੇ ਲੀਡਰਸ ਦੇ ਨਾਲ ਹੀ ਆਪਾਂ ਨੇ ਮੀਟਿੰਗ ਸ਼ੇਅਰ ਕੀਤੀ ਸੀ ਤੇ ਇਹਨਾਂ 15 ਕੰਟਰੀਜ਼ ਦਾ ਬੇਸਿਕਲੀ ਏਜੰਡਾ ਇਹ ਹੈ ਵੀ ਇੱਕ ਦੂਜੇ ਦੇ ਨਾਲ ਆਪਾਂ ਨੇ ਕੋਆਪਰੇਟ ਕਰਨਾ ਹੈ ਠੀਕ ਹੈ ਮਤਲਬ ਫ੍ਰੀ ਟ੍ਰੇਡ ਫੇਅਰ ਟ੍ਰੇਡ ਹੋਵੇ ਠੀਕ ਹੈ ਟ੍ਰੇਡ ਬੈਰੀਅਰਸ ਘੱਟ ਤੋਂ ਘੱਟ ਲੱਗਣ ਇੱਕ ਦੂਜੇ ਦੇ ਕੰਟਰੀਜ਼ ਦੇ ਉੱਪਰ ਤੇ 1973 ਦੇ ਵਿੱਚ ਜਿਹੜੀ ਇਹ ਕੈਰੀਕੋਮ ਸੰਸਥਾ ਇਹ ਕੈਰੀਕੋਮ ਕੰਟਰੀ ਦਾ ਗਰੁੱਪ ਹੈਗਾ ਇਹ ਐਸਟੈਬਲਿਸ਼ ਹੋਇਆ ਸੀ ਤੇ ਯੂਨਾਈਟਿਡ ਨੇਸ਼ਨ ਦਾ ਇਹ ਆਫੀਸ਼ੀਅਲ ਆਬਜ਼ਰਵਰ ਹੈ ਇਹ ਕੈਰੀਕੋਮ ਕੰਟਰੀਜ਼ ਹੁਣ ਇਹ ਕੰਟਰੀਜ਼ ਆਪਣੇ ਇੰਡੀਆ ਦੇ ਲਈ ਇੰਨੀਆਂ ਜ਼ਿਆਦਾ ਇੰਪੋਰਟੈਂਟ ਕਿਉਂ ਨੇ ਆਪਾਂ ਇਹਨਾਂ ਨੂੰ ਇਹ ਲੋਨ ਕਿਉਂ ਦਿੱਤਾ ਤੇ ਮੋਦੀ ਸਾਹਿਬ ਨੂੰ ਇਹਨਾਂ ਨੂੰ ਮਿਲਣ ਦੀ ਇਹੋ ਜਿਹੀ ਕੀ ਲੋੜ ਪਈ ਦੇਖੋ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹ ਸਾਰੀਆਂ ਕੰਟਰੀਜ਼ ਪਹਿਲੀ ਗੱਲ ਤਾਂ ਯੂਨਾਈਟਿਡ ਨੇਸ਼ਨ ਦੀਆਂ ਮੈਂਬਰਸ ਨੇ
ਤੇ ਆਪਾਂ ਸਾਰਿਆਂ ਨੂੰ ਪਤਾ ਹੈ ਆਪਣਾ ਇੰਡੀਆ ਯੂਨਾਈਟਿਡ ਨੇਸ਼ਨ ਦੀ ਜਿਹੜੀ ਸਿਕਿਉਰਿਟੀ ਕਾਉਂਸਲ ਹੈ ਉਹਦੇ ਵਿੱਚ ਪਰਮਾਨੈਂਟ ਸੀਟ ਚਾਹੁੰਦਾ ਹੈ। ਤੇ ਇਹ ਤੁਸੀਂ ਦੇਖੋ 15 ਕੰਟਰੀਜ਼ ਦੀਆਂ 15 ਵੋਟਾਂ ਨੇ। ਜੇ ਆਪਣੇ ਇਹਨਾਂ ਕੰਟਰੀਜ਼ ਦੇ ਨਾਲ ਟ੍ਰੇਡ ਰਿਲੇਸ਼ਨ ਵਧੇ, ਇਹਨਾਂ ਦੇ ਨਾਲ ਓਵਰਆਲ ਰਿਲੇਸ਼ਨ ਵਧੇ, ਠੀਕ ਹੈ, ਤਾਂ ਇਹ ਦੇਖੋ ਇਹ 15 ਕੰਟਰੀਜ਼ ਆਪਣੇ ਇੰਡੀਆ ਦੇ ਹੱਕ ਦੇ ਵਿੱਚ ਸਪੋਰਟ ਕਰਨਗੀਆਂ ਵੀ ਆਪਣੇ ਇੰਡੀਆ ਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਵਿੱਚ ਪਰਮਾਨੈਂਟ ਸੀਟ ਦਿੱਤੀ ਜਾਵੇ। ਤੇ ਇਹ 15 ਕੰਟਰੀਜ਼ ਦੀਆਂ 15 ਵੋਟਾਂ ਕਿੰਨੀਆਂ ਕੁ ਮਾਇਨੇ ਰੱਖਦੀਆਂ ਨੇ ਇਹ ਤੁਸੀਂ ਸਭ ਜਾਣਦੇ ਹੋ, ਦੇਖੋ ਕਿੰਨਾ ਵੱਡਾ ਮਾਰਜਨ ਹੈ। ਉਸ ਤੋਂ ਇਲਾਵਾ ਇੰਟਰਨੈਸ਼ਨਲ ਸੋਲਰ ਅਲਾਇੰਸ ਦਾ ਆਪਣਾ ਇੰਡੀਆ ਫਾਊਂਡਰ ਹੈ ਤੇ ਇਹਨਾਂ ਕੰਟਰੀਜ਼ ਨੂੰ ਇੰਡੀਆ ਨੇ ਇਨਵਾਈਟ ਕੀਤਾ ਹੈ ਵੀ ਤੁਸੀਂ ਵੀ ਇਸ ਇਨੀਸ਼ੀਏਟਿਵ ਦਾ ਭਾਗ ਬਣੋ ਤੇ ਇਸ ਇਨੀਸ਼ੀਏਟਿਵ ਨੂੰ ਹੋਰ ਜ਼ਿਆਦਾ ਬੂਸਟ ਕਰੋ। ਇਹ ਕੰਟਰੀਜ਼ ਤਾਂ ਕਰਕੇ ਆਪਣੇ ਲਈ ਬਹੁਤ ਇੰਪੋਰਟੈਂਟ ਨੇਗੀਆਂ। ਲਾਸਟ ਨਿਊਜ਼ ਆ ਗਈ ਹੈ ਦੀ ਕੁਆਡਰੀਲੇਟਰ ਗਰੁੱਪ ਦੇ ਨਾਲ ਰਿਲੇਟਡ, ਜਾਂ ਤੁਸੀਂ ਕੁਆਡ ਕੰਟਰੀਜ਼ ਕਹਿ ਸਕਦੇ ਹੋ। ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੀ ਜਿਹੜੀ ਮੀਟਿੰਗ ਸੀ ਉਹਦੀ ਸਾਈਡ ਲਾਈਨਸ ਤੇ ਇੱਕ ਜਿਹੜੇ ਆਪਣੇ ਫੋਰਨ ਮਿਨਿਸਟਰ ਨੇਗੇ ਉਹਨਾਂ ਦੇ ਵੀ ਕੁਆਡ ਜਿਹੜਾ ਗਰੁੱਪ ਹੈਗਾ ਉਹਨਾਂ ਦੇ ਫੋਰਨ ਮਿਨਿਸਟਰ ਦੀ ਮੀਟਿੰਗ ਚੱਲੇਗੀ। ਇਹ ਕੁਆਡ ਗਰੁੱਪ ਦੇ ਵਿੱਚ ਬੇਸਿਕਲੀ ਕਿਹੜੀਆਂ ਕੰਟਰੀਜ਼ ਆਉਂਦੀਆਂ ਨੇ, ਕੁਆਡ ਦਾ ਮਤਲਬ ਕੁਆਡਰੀਲੇਟਰ ਦੇ ਚਾਰ ਹਿੱਸੇ ਹੁੰਦੇ ਨੇ, ਤਾਂ ਇਸ ਗਰੁੱਪ ਦੇ ਵਿੱਚ ਵੀ ਚਾਰ ਮੈਂਬਰਸ ਨੇ, ਇੰਡੀਆ, US, ਆਸਟ੍ਰੇਲੀਆ ਤੇ ਜਾਪਾਨ। ਮੈਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਇਹਨਾਂ ਨੂੰ ਭੁੱਲਿਓ ਨਾ, ਇਹ ਚਾਰ ਗਰੁੱਪ ਕੰਟਰੀਜ਼ ਦੇ ਗਰੁੱਪ ਨੂੰ ਕੁਆਡਰੀਲੇਟਰ ਜਾਂ ਕੁਆਡ ਕੰਟਰੀਜ਼ ਕਿਹਾ ਜਾਂਦਾ ਹੈ। ਤੇ ਬੇਸਿਕਲੀ ਇਹ ਇੱਕ ਇਨਫੋਰਮਲ ਗਰੁੱਪ ਹੈ, ਹਾਲੇ ਤੱਕ ਇਹ ਗਰੁੱਪ ਆਪਦੇ ਵਜੂਦ ਦੇ ਵਿੱਚ ਆਏ ਨਹੀਂ ਹੈਗਾ, ਜਿਵੇਂ ਕਿ RCEP ਹਾਲੇ ਤੱਕ ਵਜੂਦ ਦੇ ਵਿੱਚ ਨਹੀਂ ਆਇਆ। RCEP ਦੇ ਕੀ ਟੈਂਸ਼ਨਸ ਨੇ ਉਹ ਮੈਂ ਤੁਹਾਨੂੰ ਪੜ੍ਹਾ ਚੁੱਕਿਆ, ਉਦਾਂ ਹੀ ਕੁਆਡਰੀਲੇਟਰ ਜਿਹੜਾ ਗਰੁੱਪ ਹੈਗਾ ਇਹ ਵੀ ਹਾਲੇ ਤੱਕ ਆਪਣੇ ਪ੍ਰੋਪਰ ਵਜੂਦ ਦੇ ਵਿੱਚ ਨਹੀਂ ਆਇਆ, ਹਾਲੇ ਤੱਕ ਸਿਰਫ ਗੱਲਾਂ ਹੀ ਚੱਲਦੀਆਂ ਨੇ ਤੇ ਇਹਨੂੰ ਅਸਟੈਬਲਿਸ਼ ਕਰਨਾ ਜਲਦ ਤੋਂ ਜਲਦ। ਇਹ ਪਹਿਲੀ ਵਾਰ ਆਈਡੀਆ ਕਦੋਂ ਦਿੱਤਾ ਗਿਆ ਸੀ, 2007 ਦੇ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੁਆਰਾ, ਜੋ ਕਿ ਮੌਜੂਦਾ ਪ੍ਰਧਾਨ ਮੰਤਰੀ ਵੀ ਨੇ ਇਹਨਾਂ ਦੇ, ਬਟ ਉਦੋਂ ਆਸਟ੍ਰੇਲੀਆ ਨੇ ਪੁੱਲ ਆਊਟ ਕਰ ਲਿਆ ਸੀ, ਤਾਂ ਕਰਕੇ ਹਾਲੇ ਤੱਕ ਇਹ ਜਿਹੜਾ ਕੁਆਡਰੀਲੇਟਰ ਗਰੁੱਪ ਹੈ ਇਹ ਪੂਰੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਵਜੂਦ ਦੇ ਵਿੱਚ ਨਹੀਂ ਆ ਸਕਿਆ, ਤਾਂ ਕਰਕੇ ਇਹਦਾ ਕੋਈ ਵੀ ਹੈੱਡਕੁਆਟਰ ਨਹੀਂ ਹੈਗਾ, ਇਹ ਸਿਰਫ ਇਨਫੋਰਮਲ ਗਰੁੱਪ ਹੈ। ਇਸ ਗਰੁੱਪ ਦੀ ਸਿਗਨੀਫਿਕੈਂਸ ਕੀ ਹੈ, ਦੇਖੋ ਬੇਸਿਕਲੀ ਇਹ ਗਰੁੱਪ ਨੂੰ ਬਣਾਇਆ ਤਾਂ ਕਰਕੇ ਗਿਆ ਸੀ ਵੀ ਜਿਹੜਾ ਚਾਈਨਾ ਹੈਗਾ ਉਹਨੂੰ ਕਾਊਂਟਰ ਕਰਿਆ ਜਾ ਸਕੇ। ਦੇਖੋ ਇਸ ਗਰੁੱਪ ਦੇ ਵਿੱਚ ਆ ਤਿੰਨ ਤਾਂ ਮਹਾਂਸ਼ਕਤੀਆਂ ਹੋ ਗਈਆਂ, ਇੰਡੀਆ, ਤਿੰਨ ਨਹੀਂ ਆ ਦੋ, US ਤੇ ਜਾਪਾਨ, ਇਹ ਦੋ ਮਹਾਂਸ਼ਕਤੀਆਂ ਨੇ। ਚਲੋ ਤੁਸੀਂ ਆਸਟ੍ਰੇਲੀਆ ਨੂੰ ਫਰਜ਼ ਕਰੋ ਇਹਦੇ ਵਿੱਚੋਂ ਕੱਢ ਦਿਓ, ਬਟ ਇਹਨਾਂ ਤਿੰਨ ਕੰਟਰੀਜ਼ ਨਾਲ ਮਿਲ ਕੇ US, ਇੰਡੀਆ ਤੇ ਜਾਪਾਨ ਇਹਨਾਂ ਸਾਰਿਆਂ ਦੇ ਜਿਹੜੇ ਆਪਣੇ ਗਰਾਊਂਡ ਨੇਗੇ, ਠੀਕ ਹੈ, ਇਹਨਾਂ ਸਾਰਿਆਂ ਦੇ ਇੰਟਰਸਟ ਨੇ ਉਹ ਸਾਂਝੇ ਨੇਗੇ, ਤੇ ਮਕਸਦ ਇਹਨਾਂ ਦਾ ਬੇਸਿਕਲੀ ਚਾਈਨਾ ਨੂੰ ਕਾਊਂਟਰ ਕਰਨਾ ਹੈ, ਕਿਉਂਕਿ ਚਾਈਨਾ ਆਪਣੇ ਡੋਮੀਨੈਂਸ, ਖਾਸ ਜਿਹੜੇ ਆਪਣੇ ਓਸ਼ਨ ਨੇਗੇ, ਇੰਡੀਅਨ ਓਸ਼ਨ, ਸਾਊਥ ਚਾਈਨਾ ਸੀ, ਇਹਨਾਂ ਦੇ ਉੱਪਰ ਵਧਾ ਰਿਹਾ, ਤੇ ਇਹਨਾਂ ਕੰਟਰੀਜ਼ ਦੇ ਕਾਮਨ ਇੰਟਰਸਟ ਹੋਣ ਕਰਕੇ ਮੈਰੀਟਾਈਮ ਟ੍ਰੇਡ ਨੂੰ ਬੂਸਟ ਕਰਿਆ ਜਾ ਸਕੇ, ਤੇ ਆਪਣਾ ਜਿਹੜਾ ਇੰਡੀਆ ਉਹਨਾਂ ਨੂੰ US ਤੇ ਜਾਪਾਨ ਇਹਨਾਂ ਦੋ ਕੰਟਰੀ ਦੀ ਤਾਂ ਖਾਸ ਕਰਕੇ ਜ਼ਰੂਰਤ ਹੈ, ਕਿਉਂਕਿ ਆਪਾਂ ਲੇਟੈਸਟ ਟੈਕਨੋਲੋਜੀ ਇਹਨਾਂ ਕੰਟਰੀਜ਼ ਤੋਂ ਲੈਂਦੇ ਹਾਂ, ਰਿਲੇਸ਼ਨ ਆਪਣੇ ਕਾਫੀ ਵਧੀਆ ਨੇ ਅੱਜ ਦੀ ਘੜੀ ਜਾਪਾਨ ਤੇ US ਦੇ ਨਾਲ, ਆਪਣਾ ਟ੍ਰੇਡ ਵੀ ਕਾਫੀ ਜ਼ਿਆਦਾ ਹੈ, ਇਨਫੈਕਟ US ਦੇ ਨਾਲ ਤਾਂ ਆਪਣਾ ਟ੍ਰੇਡ ਆਪਣਾ ਸਰਪਲਸ ਚ ਹੈਗਾ, ਆਪਾਂ ਜ਼ਿਆਦਾ US ਤੋਂ ਇੰਪੋਰਟ, ਆਪਾਂ US ਚ ਅੱਗੇ ਜਾ ਕੇ ਐਕਸਪੋਰਟ ਜ਼ਿਆਦਾ ਕਰਦੇ ਹਾਂ, ਇਹਨਾਂ ਤੋਂ ਇੰਪੋਰਟ ਘੱਟ ਕਰਾਉਣਾ। ਉਦਾਂ ਹੀ ਜਾਪਾਨ ਦੇ ਨਾਲ ਵੀ ਆਪਣੇ ਟ੍ਰੇਡ ਰਿਲੇਸ਼ਨ ਬਹੁਤ ਵਧੀਆ ਨੇ, ਤੇ ਇਹ ਦੋਵੇਂ ਕੰਟਰੀਜ਼ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਆਪਣੇ ਇੰਡੀਆ ਦੇ ਲਈ ਬਹੁਤ ਜ਼ਰੂਰੀ ਨੇ, ਇਹਨਾਂ ਸਾਰਿਆਂ ਦੇ ਸਾਂਝੇ ਇੰਟਰਸਟ ਨੇਗੇ, ਮੈਰੀਟਾਈਮ ਟ੍ਰੇਡ ਬੂਸਟ ਹੋ ਸਕੇ ਤੇ ਮੈਰੀਟਾਈਮ ਸਿਕਿਉਰਿਟੀ ਵੀ ਇੰਪਰੂਵ ਹੋ ਸਕੇ, ਤੇ ਉਸ ਤੋਂ ਇਲਾਵਾ ਇੰਡੋ ਪੈਸੀਫਿਕ ਜਿਹੜਾ ਏਰੀਆ ਹੈਗਾ ਉਹ ਸਾਰਾ ਸੇਫਰ ਹੋ ਸਕੇ, ਇੱਥੇ ਪ੍ਰੋਪਰ ਟ੍ਰੇਡ ਹੋ ਸਕੇ, ਇਹ ਗਰੁੱਪ ਆਪਣੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ। ਸੋ ਇਹ ਸੀ ਆਪਣਾ ਸਾਰਾ ਅੱਜ ਦਾ ਅਨਾਲਿਸਿਸ, ਇੱਕ ਦੋ ਨਿਊਜ਼ ਇੰਪੋਰਟੈਂਟ ਹੋਰ ਸੀਗੀਆਂ, ਉਹ ਬੇਸਿਕਲੀ ਅੱਜ ਦੀ ਵੀਡੀਓ ਤਾਂ ਪਹਿਲੀ ਬਹੁਤ ਲੰਬੀ ਹੋ ਗਈ, ਸੋ ਕੱਲ੍ਹ ਮੈਂ ਇੱਕ ਸਪੈਸ਼ਲ ਵੀਡੀਓ ਹੋਰ ਲੈ ਕੇ ਆਊਂਗਾ ਕਰੰਟ ਅਫੇਅਰਸ ਦੇ ਉੱਪਰ, ਤੇ ਤਾਂ ਕਰਕੇ ਅੱਜ ਦੀਆਂ ਜਿਹੜੇ ਬੁਲੇਟਿਨ ਨਿਊਜ਼ ਸੀਆਂ ਉਹ ਵੀ ਮੇਰੇ ਤੋਂ ਐਡ ਨਹੀਂ ਹੋ ਸਕੀਆਂ, ਸੋ ਕੱਲ੍ਹ ਨਾਲੇ ਤਾਂ ਆਪਾਂ ਥੋੜ੍ਹੀਆਂ ਜਿਹੇ ਜ਼ਿਆਦਾ ਬੁਲੇਟਿਨ ਨਿਊਜ਼ ਕਵਰ ਕਰ ਲਾਂਗੇ, ਨਾਲੇ ਇੱਕ ਦੋ ਟੌਪਿਕਸ ਜਿਹੜੇ ਅੱਜ ਦੇ ਰਹਿ ਗਏ ਉਹ ਕੱਲ੍ਹ ਡਿਸਕਸ ਕਰ ਲਾਂਗੇ। ਸੋ ਮਿਲਦੇ ਹਾਂ ਕੱਲ੍ਹ, ਧੰਨਵਾਦ।